ਮੈਂ ਤੁਹਾਨੂੰ ਸ਼ਨੀਵਾਰ ਵੀ ਕਿਹਾ ਸੀ ਵੀ ਆਪਣੇ ਆਪ ਨੂੰ ਇੰਨੇ ਤਿਆਰ ਕਰੋ ਵੀ ਸਭ ਕੁਝ ਬਰਬਾਦ ਵੀ ਕਰਨਾ ਪਵੇ ਭਾਵੇਂ। ਇਹਨਾਂ ਨੇ ਇੱਕ ਗੱਲ ਹੋਰ ਸੱਚ ਕਹੀ, ਕਹਿੰਦੇ ਜੀ ਇਹਨਾਂ ਨੇ ਪਰਮੇਸ਼ਰ ਦੁਆਰ ਦੀ ਅਨੰਦਪੁਰ ਸਾਹਿਬ ਦੇ ਨਾਲ ਤੁਲਨਾ ਕੀਤੀ ਹੈ। ਏਦਾਂ ਨਹੀਂ ਕਿਹਾ, ਬੜਾ ਰੌਲਾ ਪਾਇਆ ਵੀ ਇਹ ਕਹਿੰਦੇ ਨੇ ਅਨੰਦਪੁਰ ਤੇ ਪਰਮੇਸ਼ਰ ਦੁਆਰ ਇੱਕੋ ਹੀ ਹੈ। ਹੱਦ ਨਹੀਂ ਹੋ ਗਈ ਕਿੱਡਾ ਟੱਪ, ਕਿੱਡੀਆਂ ਕਿੰਨੀਆਂ ਝੂਠ ਬਣਾਉਣੇ। ਅੱਛਾ ਇੱਕ ਗੱਲ ਤੇ ਸਿੱਧੀ ਜੀ ਹੈ, ਵੇਖੋ ਹੁਣ ਜੇ ਕੋਈ ਬੰਦਾ ਤੁਹਾਡੇ ਚੋਂ ਦੁੱਖ ਕਿਸੇ ਤੇ ਤਕਲੀਫ ਆ ਜਾਏ, ਮੈਂ ਕਹਾਂ ਵੀ ਯਾਰ ਬੜੀ ਤਕਲੀਫ ਆਈ, ਤੇ ਅਗਲਾ ਬੰਦਾ ਕਹੇ ਸਾਡੇ ਗੁਰੂ ਸਾਹਿਬ ਉੱਤੇ ਵੀ ਤੇ ਆਈਆਂ ਹੀ ਨੇ, ਇਹੀ ਕਹਿਣਾ ਕਹਿੰਦੇ ਗੁਰੂ ਸਾਹਿਬ ਤੋਂ ਸੇਧ ਲੈਣੀ, ਇਹਦਾ ਮਤਲਬ ਇਹ ਵੀ ਗੁਰੂ ਸਾਹਿਬ ਦੀ ਰੀਸ ਕਰਦਾ ਅਗਲਾ ਤੇ ਗੁਰੂ ਸਾਹਿਬ ਤੋਂ ਹੀ। ਇੱਦਾਂ ਹੀ ਕਹਿੰਦੇ ਆਪਾਂ, ਜੇ ਆਪਾਂ ਕਹੀਏ ਵੀ ਯਾਰ ਸਾਨੂੰ ਪਰਮੇਸ਼ਰ ਦੁਆਰ ਛੱਡਣਾ ਵੀ ਪਵੇ, ਤੇ ਅਗਲਾ ਕਹਿੰਦਾ ਕਿਉਂ ਭਾਈ ਗੁਰੂ ਸਾਹਿਬ ਨੇ ਵੀ ਤੇ ਅਨੰਦਪੁਰ ਸਾਹਿਬ ਛੱਡਿਆ ਹੀ ਸੀ, ਇਹ ਤਾਂ ਅਰਥ ਤੇ ਹੀ ਹੈ। ਇਹਦਾ ਮਤਲਬ ਇਹ ਥੋੜਾ ਵੀ ਗੁਰੂ ਬਣਦੇ ਆ ਆਪਾਂ, ਇਹਦਾ ਅਰਥ ਇਹ ਹੈ ਵੀ ਗੁਰੂ ਦੇ ਸਿੱਖ ਹਾਂ, ਜੇ ਸਾਡੇ ਗੁਰੂ ਸਾਹਿਬ ਇੰਨੇ ਦੁੱਖ ਚੱਲ ਗਏ ਤੇ ਅਸੀਂ ਕਿਉਂ ਨਹੀਂ ਚੱਲ ਸਕਦੇ, ਆਪਾਂ ਵੀ ਚੱਲੀਏ, ਆਪਾਂ ਵੀ ਤਕਲੀਫ ਝੱਲਣ ਲਈ ਆਪਣੇ ਗੁਰੂ ਸਾਹਿਬ ਤੋਂ ਸੇਧ ਲਈਏ, ਅਕਲ ਲਈਏ। ਜੇ ਉਹ ਇੰਨੀਆਂ ਤਕਲੀਫਾਂ ਝੱਲ ਸਕਦੇ ਆ ਤੇ ਅਸੀਂ ਵੀ ਝੱਲ ਸਕਦੇ, ਅਸੀਂ ਵੀ ਕਾਇਮ ਹੋਈਏ, ਆਪਣੇ ਆਪ ਨੂੰ ਦੁੱਖਾਂ ਨੂੰ ਝੱਲਣ ਲਈ ਕਾਇਮ ਕਰੀਏ। ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਕਾਇਮ ਰੱਖਿਓ।